प्लीज मैं सारे भाइयों ने एक बेनती करना विश्वास वाला काम करो अद्धे डीलरों को पता ही नहीं कार पेंट हैगी कि नहीं हैगी 90% 80% जेडे लुधियाने शहर से कितने भी डीलर बैठे है उन्होंने आप ही नहीं पता होंगे कि कार पेंट हैगी ओरिजिनल कही होंगे ते गाहक भी गाहक ते हल की है विश्वास ही करना पैना उस करके आप लिया मशीन कि तुसी मैं झूठा वा तुसी मेरे से यकीन ही ना करो कि मैं रिटर्न च लिख के दूंगा अगर मेरे ते नहीं विश्वास आ मशीन हैगी है अपने को पेंट चेक करने वाली आज तक तुसी जिन्हें भी वीडियो कितनी है किसी ने मशीन वाला काम नहीं किया अपने को मशीन हैगी है मशीन ने सच झूठ सब फाड़ लेना मशीन हैगी है जी ये गल सच्चाई है ये 10 हजार की मशीन है सिर्फ पेंट चेक करती है पेंट की लेयर चेक करती पेंट होया कि नहीं होया जिदा कंडा है कोई चीज 500 ग्राम की तुसी कहने किलो की है कंडे ने दस देना 790 ग्राम है या 890 ग्राम है वो चीज ने दस देना कार रीपेंट हैगी कि नहीं हैगी ਮੰਨੀ ਗੱਲ ਤਾਂ ਇਹ ਮੈਂ ਪਲਟੀ ਨੰਬਰ ਦਾ ਕੰਮ ਨਹੀਂ ਕਰਦਾ ਠੀਕ ਹੈ ਜੀ ਉਹ ਚੀਜ਼ ਦੀ ਰਿਟਰਨ 'ਚ ਗਰੰਟੀ ਹੋਊਗੀ ਜਿਹਦਾ ਅੱਜ ਕੱਲ੍ਹ ਕੀ ਹੈ ਦਿੱਲੀਓ ਕਾਰ ਲੈ ਲੈਂਦੇ ਆ ਇੱਥੇ ਜਿਹੜੀ ਕਾਰ ਹੈਗੀ 4 ਲੱਖ ਦੀ ਦਿੱਲੀਓ ਮਿਲ ਜਾਂਦੀ 2.5 ਲੱਖ ਦੀ ਲੋਕੀ ਨੰਬਰ ਕਨਵਰਟ ਕਰਦੇ ਆ ਉਹੀ ਕਾਰ 3 ਲੱਖ ਦੀ 4 ਲੱਖ ਦੀ ਵੇਚ ਦਿੰਦੇ ਮੇਰੇ ਕੋ ਉਦਾਂ ਦੀ ਤੁਹਾਨੂੰ ਕੋਈ ਟੈਨਸ਼ਨ ਦੀ ਗੱਲ ਨਹੀਂ ਹੋਊਗੀ ਵਿਦ ਪ੍ਰੂਫ ਵਿਦ ਰਿਟਰਨ 'ਚ ਜਿਹੜੀ ਚੀਜ਼ ਦਊਂਗਾ ਵਿਦ ਰਿਟਰਨ 'ਚ ਦਊਂਗਾ ਮੈਂ ਦੇ ਕੇ ਜਿਹੜਾ ਵੀ ਆਊਗਾ ਉਹ ਵਾਕਈ ਹੋਊਗਾ ਕਿ ਯਾਰ ਮਜ਼ਾ ਆ ਗਿਆ ਭਾਈ ਯਾਰ ਕਾਰ ਲੈਣ ਆਏ ਆ ਐਕਚੁਅਲੀ ਮੇਰੇ ਦੋਸਤ ਮੈਨੂੰ ਹਮੇਸ਼ਾ ਕਹਿੰਦੇ ਕਹਿੰਦੇ ਤਰੁਣ ਜਿੰਨਾ ਤੂੰ ਸੱਚ ਦੀ ਮਸ਼ੀਨ ਲੈ ਆਇਆ ਹੋਇਆ ਤੇਰੇ ਤੋਂ ਲੋਕੀ ਵਿਸ਼ਵਾਸ ਕਰਨ ਲੱਗਾ ਕਾਰ ਵਿਆਰ ਦਾ ਸਾਡਾ ਕੰਮ ਅੱਧਾ ਦਾ ਕੋਈ ਚੜ੍ਹਦਾ ਯਕੀਨ ਹੀ ਨਹੀਂ ਕਰਦਾ ਠੀਕ ਹੈ ਜੀ ਇਹਦੀ ਵੇਟਿੰਗ ਹੈ ਜੀ 1 ਸਾਲ ਦੀ 2022 ਮਾਡਲ ਠੀਕ ਹੈ 5-6 ਮਹੀਨੇ ਪੁਰਾਣੀ ਕਾਰ ਕਾਰ ਇਹ ਵੀ ਰਿਜਨਰ ਇਹ ਵੀ ਬੰਪਰ ਟੂ ਬੰਪਰ ਰਿਜਨਰ ਠੀਕ ਹੈ ਲਓ ਮੇਰੀ ਗੱਲ ਨਾਲ ਨੋਟ ਕਰੀ ਜੇ ਬੰਪਰ ਟੂ ਬੰਪਰ ਰਿਜਨਰ ਠੀਕ ਹੈ ਜੀ 2020 ਮਾਡਲ ਹੈ ਅੱਛਾ 20 ਮਾਡਲ ਜੀ 7000 ਚੱਲੀ ਸਿਰਫ ਕਾਰ 7000 ਚੱਲੀ ਹੈ ਲਫਾਫੇ ਤੱਕ ਉਤਰੇ ਨਹੀਂ ਨਵੀਂ ਬ੍ਰਾਂਡ ਨਿਊ ਸ਼ੋਰੂਮ ਚ ਜਿੱਦਾਂ ਕਾਰ ਆਈ ਹੈ ਉਦਾਂ ਹੀ ਕਾਰ ਇੱਥੇ ਆ ਕੇ ਖੜ ਗਈ ਹੈ ਬਸ ਬੱਲੇ ਬੱਲੇ एजेंसी च भी कार ट्राले चो गिर जांदी है ते पेंट हो जांदी है ते दस दे नहीं मैं चेक करके दऊंगा कार पेंट की पेंट मेरे को कितों नहीं एजेंसी तो भी पेंट मिल जू मेरे को नहीं पेंट मिलूगा निकली कार वापसी लेके 1 लाख रुपए नाल दूंगा नाल आप रिटर्न च एग्रीमेंट कर हां जी सतिकाल जी की हाल चाल उम्मीद है सारे ठीक होवोंगे अज आप खड़े लुधियाने शहर माई राइड टूरी चैनल स्वागत कर रहे सारे दोस्तों का तो लुधियाने खड़े आप गुरकृपा कार बाजार तो बाई जी गलबात करते हैं बी सतिकाल जी ठीक ठाक भी बहुत वजी कितना कह उन्हें बहुत वजिए कृपा स्वागत है भी अपने चैनल के उपर फस्ट टाइम थोड़ा बहुत बहुत शुक्रिया तुम आए हो ठीक है कृपा कार वह थोड़ा स्वागत है जी ओके जी तो बी जी अपन कम करते कि टाइम हो गया जी ਕਾਰਾਂ ਦਾ ਮੈਨੂੰ ਪ੍ਰੋਪਰ ਕੰਮ ਕਰਦੇ ਨੂੰ ਹੋ ਗਿਆ 10 ਸਾਲ ਓਕੇ ਉਸ ਤੋਂ ਪਹਿਲਾਂ ਸਾਡੀ ਅਸੈਸਰੀ ਸ਼ੋਪ ਸੀ ਠੀਕ ਹੈ ਜੀ 25 ਸਾਲ ਉਹਨੂੰ ਹੋ ਗਏ ਆਈਡੀਆ ਲਾ ਲਓ 25 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ ਮਤਲਬ ਕਾਰਾਂ ਦੇ ਲੈਣ ਚ 25 ਸਾਲ ਹੋ ਗਏ 25 ਸਾਲ ਹੋ ਗਏ ਤੇ ਭਾਈ ਜੀ ਆਪਾਂ ਗੱਲਬਾਤ ਕਰੀਏ ਜੀ ਵੀ ਮਤਲਬ ਵੀ ਜਿਹੜੀਆਂ ਵੀ ਕਾਰਾਂ ਰਹਿਣਗੀਆਂ ਇਹਦੀਆਂ ਇਹ ਰਿਟੇਨ ਨੰਬਰ ਦੀਆਂ ਹੋਣਗੀਆਂ ਜਾਂ ਇਕੱਲੇ 50 ਨੰਬਰ ਦੀ ਕਿਵੇਂ ਪੱਲੀ ਗੱਲ ਤਾਂ ਇਹ ਮੈਂ ਪਲਟੀ ਨੰਬਰ ਦਾ ਕੰਮ ਨਹੀਂ ਕਰਦਾ ਠੀਕ ਹੈ ਜੀ ਉਹ ਚੀਜ਼ ਦੀ ਰਿਟਰਨ ਚ ਗਰੰਟੀ ਹੋਊਗੀ ਜਿਹਦਾ ਅੱਜ ਕੱਲ ਕੀ ਹੈ ਦਿੱਲੀਓਂ ਕਾਰ ਲੈ ਲੈਂਦੇ ਆ ਇੱਥੇ ਜਿਹੜੀ ਕਾਰ ਹੈਗੀ 4 ਲੱਖ ਦੀ ਦਿੱਲੀਓਂ ਮਿਲ ਜਾਂਦੀ 2.5 ਲੱਖ ਦੀ ਠੀਕ ਹੈ ਜੀ ਲੋਕੀ ਨੰਬਰ ਕਨਵਰਟ ਕਰਦੇ ਆ ਉਹੀ ਕਾਰ 3 ਲੱਖ ਦੀ 4 ਲੱਖ ਦੀ ਵੇਚ ਦਿੰਦੇ ਮੇਰੇ ਕੋ ਉਦਾਂ ਦੀ ਤੁਹਾਨੂੰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੋਊਗੀ ਵਿਦ ਪ੍ਰੂਫ ਵਿਦ ਰਿਟਰਨ ਚ ਜਿਹੜੀ ਚੀਜ਼ ਦਊਂਗਾ ਵਿਦ ਰਿਟਰਨ ਚ ਦਊਂਗਾ ਠੀਕ ਹੈ ਜੀ ਹਾਂਜੀ ਨੋਨ ਐਕਸੀਡੈਂਟਲ ਕਾਗਜ਼ ਐਕਸੀਡੈਂਟ ਦਾ ਆਪਾਂ ਕੰਮ ਹੀ ਨਹੀਂ ਕਰਦੇ ਉਹਦੇ ਚ ਮੇਰੇ ਕੋ ਤੁਹਾਨੂੰ ਇੱਕ ਚੀਜ਼ ਹੈ ਤੁਹਾਨੂੰ ਮੈਂ ਬਾਅਦ ਚ ਵੀਡੀਓ ਚ ਦਿਖਾਉਂਗਾ ਕੀ ਚੀਜ਼ ਹੈ ਜਿਹਨਾਂ ਮੈਂ ਤੁਹਾਨੂੰ ਚੈੱਕ ਕਰਾ ਕੇ ਦਿਖਾਉਂਗਾ ਕਿਵੇਂ ਇਹ ਕਾਰ ਆਪਾਂ ਐਕਸੀਡੈਂਟ ਦਾ ਕੰਮ ਹੀ ਨਹੀਂ ਕਰਦੇ ਓਕੇ ਜੀ ਹਾਂਜੀ ਲੋ ਬਾਈ ਜੀ ਠੀਕ ਹੈ ਜੀ ਬਈ ਨਾਲ ਗੱਲਬਾਤ ਕਰੀ ਤੇ ਬਾਈ ਜੀ ਇੱਕ ਵਾਰ ਲੋਕੇਸ਼ਨ ਸਾਨੂੰ ਜ਼ਰੂਰ ਦੱਸੋ ਸਟਾਰਟਿੰਗ ਦੇ ਵਿੱਚ ਨੰਬਰ ਵੈਸੇ ਸਕਰੀਨ ਤੇ ਚੱਲ ਰਹੇ ਹੋਣਗੇ ਇਹ ਲੋਕੇਸ਼ਨ ਸਰ ਹੈਗੀ ਹੈ ਡੀਐਮਸੀ ਹਸਪੀਟਲ ਦੇ ਕੋਲ ਹੈਬੋਵਾਲ ਚੰਦਨ ਨਗਰ ਰੋਡ ਤੇ ਗੁਰੂ ਕਿਰਪਾ ਕਾਰ ਵਿਆਰ ਠੀਕ ਹੈ ਜੀ ਹਾਂਜੀ ਠੀਕ ਹੈ ਬਾਈ ਜੀ ਗੱਲਬਾਤ ਕਰਦੇ ਦੇਖਦੇ ਆ ਕਿਹੜੇ ਕਿਹੜੇ ਕਾਰਾਂ ਰਹਿਣਗੀਆਂ ਤੇ ਬਾਈ ਜੀ ਪਹਿਲੀ ਕਾਰ ਦੀ ਗੱਲਬਾਤ ਕਰੀਏ ਜੀ ਆਪਣੇ ਲਵੇ ਆ ਕੀ ਰਿਟੇਲ ਹੈ ਜੀ ਇਹ ਸਰ ਹੈਗੀ ਹੈ i20 ਹੈ 2021 ਦਸੰਬਰ ਇਹ ਤਾਂ ਉਹੀ ਹੈ ਜਿਹੜੀ ਨਵੀਂ ਆਈ ਹੈ ਹੁਣ ਹਾਂਜੀ ਇਹ ਬਿਲਕੁਲ ਨਵੀਂ ਵਾਲੀ ਕਾਰ ਹੈ ਇਹ 2022 ਰਜਿਸਟਰਡ ਹੈ ਜੀ ਅੱਛਾ ਜੀ ਤੇ ਸਿਰਫ 10000 ਚੱਲੀ ਹੈ ਇਹ ਡੀਜ਼ਲ ਆ ਪੈਟਰੋਲ ਇਹ ਪੈਟਰੋਲ ਹੈ ਜੀ ਇਹ ਆਟੋਮੈਟਿਕ ਹੈ ਅੱਛਾ ਆਟੋਮੈਟਿਕ ਹੈ ਆਟੋਮੈਟਿਕ ਹੈ ਅਗਰ ਆਪਾਂ ਲੈਣ ਜਾਈਏ ਮੌਕੇ ਤੇ ਮਿਲਦੀ ਨਹੀਂ ਹੈਗੀ ਇਹਦੀ ਵੇਟਿੰਗ ਹੈ 1.5-2 ਮਹੀਨੇ ਦੀ ਉਹ ਤੋਂ ਨੰਬਰ ਉਹਨਾਂ ਨੇ ਫੈਂਸੀ ਲਿੱਤਾ ਹੈ 666 ਸਾਰੇ ਠੀਕ ਹੈ ਠੀਕ ਹੈ ਚਾਰੋ ਠੀਕ ਹੈ ਲੋ ਜੀ ਹਾਂਜੀ ਤੇ ਬੜਾ ਛੇਦੀ ਜੀ ਲੱਗਿਆ ਬੰਦੇ ਦੇ ਕੀ ਬਸ ਅੱਦਾਂ ਮੈਂ ਕਈ ਵਾਰੀ ਅੱਦਾਂ ਹੁੰਦਾ ਕਿਸੇ ਦਾ ਵੀਜ਼ਾ ਲੱਗ ਜਾਂਦਾ ਕਿਸੇ ਨੂੰ ਦੇਹ ਚਾਹੀਆ ਹੁੰਦੀਆਂ ਤੇ ਕਈਆਂ ਦਾ ਅੱਦਾਂ ਕਈ ਬੱਚੇ ਲੈ ਲੈਂਦੇ ਬੱਚਿਆਂ ਨੂੰ ਕਹਿੰਦੇ ਯਾਰ ਆਹ ਮਾਡਲ ਹੀ ਸਾਨੂੰ ਪਸੰਦ ਆਇਆ ਅਸੀਂ ਕਾਰ ਉੱਚੀ ਲੈਣੀ ਹੈ ਕ੍ਰੇਟਾ ਲੈਣੀ ਹੈ ਠੀਕ ਹੈ ਜੀ ਇਹ ਫੋਰਚੂਨਰ ਲੈਣੀ ਹੈ ਬੱਕੋ ਬੱਕਰੇ ਹਰੀ ਕਿਤੇ ਆਪਣੀ ਆਪਣੀ ਚੁਆਇਸ ਹੈ ਕੋਈ ਇਹੀ ਕਾਰ ਨੂੰ ਤੜਫਦਾ ਹੈ ਕੋਈ ਕੋਈ ਕਹਿੰਦਾ ਆਹ ਕਾਰ ਵੀ ਛੋਟੀ ਹੈ ਇਹ ਚੱਕਰ ਹੈ ਸਹੀ ਗੱਲ ਹੈ ਜੀ ਇੱਕ ਵਾਰ ਬਾਈ ਜੀ ਆਪਾਂ ਅੰਦਰੋਂ ਜ਼ਰੂਰ ਦਿਖਾ ਦਿੰਨੇਗੇ ਲੋ ਜੀ ਅੰਦਰੋਂ ਆਪਾਂ ਦਿਖਾਣੇ ਤੁਹਾਨੂੰ ਅੰਦਰੋਂ ਤਾਂ ਲਫਾਫ ਹੀ ਨਹੀਂ ਉਤਰਿਆ ਜੀ ਹਾਂਜੀ ਹਾਂਜੀ ਨਵੀਂ ਕਾਰ ਹੈ ਜੀ ਬਿਲਕੁਲ ਬ੍ਰਾਂਡ ਨਿਊ ਕਾਰ ਹੈ ਸਾਰਾ ਏਜੰਸੀ ਰਿਕਾਰਡ ਹੈ ਤੇ ਜਿੱਦਾਂ ਮਰਜ਼ੀ ਚੈੱਕ ਕਰ ਸਕਦੇ ਹੋ ਕਿੰਨੀ ਚੱਲੀ ਹੈ ਵੀਰੇ ਇਹ ਚੱਲੀ ਹੈ 10000 ਚੱਲੀ ਹੈ ਜੀ 10000 ਚੱਲੀ ਹੈ ਹਾਂਜੀ ਓਕੇ ਜੀ
दस हजार किलोमीटर चली है, मतलब भी सर्विस एक या दो सर्विस हुई ने, सर्विस हुई है हले हले, इंश्योरेंस फुल है। हां जी हां जी फुल इंश्योरेंस है जी। पेंट सेंट भाई जी? पेंट सारे ओरिजिनल है, बंपर टू बंपर ओरिजिनल, मतलब बंपर टू बंपर ओरिजिनल है, मतलब पक्का होगी। मैं क्या पक्का रिटर्न लिख के दवांगा ये कार सारी ओरिजिनल है। कितने ना जाओ किते, मैं क्या कहता पेंट दा मतलब कितों पेंट नहीं हैगी कार। चलो किन्ने दी है कार है? ये कार हैगी है जी 8,90,000 रुपए दी। 8,90,000 दी नवी दा की रेट है? नवी कार है पंदी है 10.5 लाख दी कार पंदी है। ओके जी। ओ तो फैंसी नंबर है, एक्सेसरी पा के 11 लाख दी कार बनदी है। ठीक है वीरे, समझ लो 2.25 लाख रुपया उन्होंने सीधा ही शोरूम चो सीधा ही घट है गया 2.25 लाख रुपया कार दा। ओके जी। हाँ जी लो भाई जी, फर्स्ट ओनर सीरियल दी, फर्स्ट ओनर कार है जी। लो भाई जी ठीक है जी, ये कार हैगी ब्रांड न्यू कार हैगी, ठीक है जी, बंपर टू बंपर ओरिजिनल, कोई स्क्रैच नहीं है। हाँ जी हाँ जी हाँ जी। तो उस तो बाद अगली आ गई बलेनो जी। ये बलेनो है नहीं, ग्लेंजा? ग्लेंजा जी, ग्लेंजा। ग्लेंजा जी मॉडल है जी। ठीक है जी। हाँ जी हाँ जी। तो की रिटेल है वीरे दी? 2020 मॉडल है, सॉरी आली। तो पुश बटन स्टार्ट है। ठीक है वीरे। तो चली है कार 47 से 48,000 किलोमीटर चली है जेनुइन, ये भी बंपर टू बंपर ओरिजिनल, ये भी कार कितों पेंट नहीं हैगी। सारिया ना बंपर टू बंपर ओरिजिनल कही मैं प्रूफ दे सकता इस चीज़ का, माड़ा चेक कर। हाँ चेक कर लो, चेक करो, मैं तो आप कहना चेक करो कड़ा पीस पेंट लग रहा, थोड़ा शक लग रहा है, शक लगता। मैं आ स्पेशल थोड़े व्यूवर्स नू कहना चाहना कि मैं रिटर्न च लिख के दूंगा, अगर मेरे ते नहीं विश्वास आ मशीन हैगी है अपने को पेंट चेक करने वाली। अज तक तुसी जिन्हें भी वीडियो कीती है किसी ने मशीन वाला काम नहीं किया, अपने को मशीन हैगी है, मशीन ने सच झूठ सब फड़ लेना। मशीन हैगी है जी, ये गल सच्चाई है, 10,000 की मशीन है, सिर्फ पेंट चेक करती है, पेंट की लेयर चेक करती, पेंट होया कि नहीं होया। ठीक है, जिदा कंडा वै कोई चीज 500 ग्राम की तुम कहने किलो की है, कंडे ने दस देना 790 ग्राम है, 890 ग्राम है, वह चे ने दस देना कार रीपेंट हैगी कि नहीं हैगी। जो पता लगू ये चादा वै, इन आप जो इतने लाने हैं। हाँ जी ठीक है जी, इन्हें लेयर दस दी, जिदा 86 पॉइंट आ गया ना। हाँ जी 86, अगर 100, 110, 120 यह सारी ओरिजिनल है परतं। ओके जी, अगर इतने परत चढ़ गई, अगर समझ लो किसी ने कार से कार स्क्रैच पै गया, आप को भेजती नैचुरली पट्टी लाऊगा। हाँ जी पट्टी ला के पेंट मारूगा, यही जी चीज़ 100 की आ रही है वो घट्टो घट नहीं 200, 250, 300, 400 हो जूगी, उन्हें थोड़ा यह प्रूफ हो जूगा कि हाँ भी कार ओरिजिनल आए। ओके, मतलब भी अपने लवे जो हम कार ने किसी ना किसी पेंट पेंट है जी पेंट। हाँ बिल्कुल दिखाऊंगा मैं, इतने तुम चेक कराओ ओरिजिनल क्या है ना। हाँ जी हाँ जी हाँ जी, हलो ये 82 आ रहा है, पॉइंट नाल देख लो 82 आ रहा है, मतलब 100 तो भी बहुत पतला पेंट, बहुत पतला पेंट होया, कंपनी बहुत पतला पेंट होया। ठीक है जी, वोस वैगन की मैं थोड़ा एक गल होर दस दिना, वोस वैगन की कुछ कारा होंगे जो कंपनी पेंट थोड़ा हैवी आंदा उन्होंने 125, 30, 35, 40 तक चल जाता बस। ठीक मैक्सीम बस जेड़ा ओरिजिनल है 125, 25, 30, 40 तक जाऊगा, जेड़ा समझ लो 300, 400, 500 चल गया उत्ते पट्टियां पट्टियां भरी हुई। ओके, इन्ना प्रूफ थोड़ा मैं देके जेड़ा भी आऊगा वो वाकई कहूगा कि हाँ भी यार मजा आ गया भाजी यार कार लैन आए हैं। एक्चुअली मेरे दोस्त मैंने हमेशा कहते कहते तरुण जिन्ना तू सच की मशीन ले आया मैं तेरे तो लोग विश्वास कर, मैं कार प्यार का साडा काम अद्दा है कोई चढ़ता यकीन ही नहीं करता, ते ता करके यकीन करके ले आंदी है चीज। मैं कहला थोड़े तो होर डीलर नु विपता च पादा। चलो मैं तो आप कहना जी, मैं सच दी देखो सच दा सच है। मैं एक गल होर कहना चाहना, हर कोई बंदा वै बड़ी इमानदारी ने पैसे कट्ठे होंगे है, मैं खुद है सानू पता है 100, 100, 200 ये लगता साडा छोटा काम है, बड़े एक एक रुपये ना जोड़ के आप इतने तक पहुंचे हैं। ठीक है जी, हर एक बंदे की बड़ी मेहनत है, किसी ना तुम ठगी ना करो, आप कह दें कार ब्यार का काम, प्लीज़ मैं सारे भाइयों को एक बेनती करता है विश्वास वाला काम करो, अद्धे डीलर तो पता ही नहीं कार पेंट हैगी कि नहीं हैगी, 90%, 80% जेडे लुधियाने शहर से कितने भी डीलर बैठे है उन्होंने आप ही नहीं पता होंगे कि कार पेंट हैगी, ओरिजिनल कही होंगे है तो गाहक भी गाहक तो हल की है, विश्वास ही करना पैना उस करके आप लिया मशीन। ठीक है कि तुम मैं झूठा वै तुम मेरे से यकीन ही ना करो। ਠੀਕ ਹੈ ਜੀ, ਕੀ ਮਸ਼ੀਨ ਤੇ ਕਰੋ, ਇੱਕ ਗੱਲ ਕਰ ਦਿਆਂਗੇ ਵੀ ਡੀਲਰ ਭਰਾਵਾਂ ਨੂੰ ਵੀ ਕਹਿਣਾ ਇੱਕ ਤਾਂ ਆਹ ਮਸ਼ੀਨ ਲੈ ਲਓ, ਠੀਕ ਹੈ ਜੀ, ਚੈੱਕ ਕਰਕੇ ਲਓ ਤੇ ਚੈੱਕ ਕਰਕੇ ਦਿਓ। ਹਾਂ ਬਿਲਕੁਲ 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 ਸਾਰਾ ਕਲੀਅਰ ਹੋ ਜੇ। ਮੈਂ ਕਹਤਾ ਮਸ਼ੀਨ ਚੈੱਕ ਓਰਿਜਨਲ ਆ ਗਿਆ, ਉਹ ਪੀਸਾਂ ਤੇ ਮੈਂ ਆਪਣੇ ਸਾਈਨ ਕਰ ਦੂੰਗਾ, ਕੱਲ ਅਗਰ ਕੋਈ ਪ੍ਰੂਫ ਕਰ ਦੇ ਕਿ ਐਵੇਂ ਉਹ ਪੀਸ ਪੇਂਟ ਹੈਗਾ ਮੈਂ ਕਾਰ ਵਾਪਸੀ ਦੇ ਨਾਲ 1,00,000 ਰੁਪਏ ਨਾਲ ਦੂੰਗਾ, ਮੈਂ ਵੀਡੀਓ ਚੱਲ ਰਹੀ ਹੈ ਕਾਰ ਵਾਪਸੀ ਲਊਂਗਾ, ਅਗਰ ਮੈਂ ਕੋਈ ਚੀਜ਼ ਓਰਿਜਨਲ ਕਹਿਤੀ ਅਗਰ ਓਰਿਜਨਲ ਨਾ ਨਿਕਲੀ कार वापसी लैके 1,00,000 रुपया नाल दूंगा, नाल आप रिटर्न एग्रीमेंट कर लेंगे। और दसो लो जी भाई जी, इस तो उपर की कुछ नहीं, ठीक है जी, 1,00,000 रुपए की गारंटी है, जी ओरिजिनल कहती तो ओरिजिनल होगी। एदा की एक ही डिटेल सी वीरे हुण दस दो, ये 2020 मॉडल है जी। हाँ जी ग्लेंजा जी मॉडल है। हाँ जी, तो हैगी 7,10,000 रुपये रेंज है, नवी कार है, कितों पेंट का मतलब कितों पेंट नहीं। ओके, आल ओरिजिनल है, आल ओरिजिनल है। ठीक है, एक बार आप अंदरों दिखा दी आप, देखो जी अंदरों कार ये भी पूरी साफ सुथरी पूरी सोहनी कार है, पुश बटन स्टार्ट है ना जी, ओके दी कंडीशन है। तो भाई जी जेडे रेट रहने अपने नैगोशिएशन वाले रहने या
ਇਹ ਫਿਕਸ ਰਹਿਣ ਵਾਲੇ ਨੇ ਜੀ ਇਹ ਸਰ ਜਿਹੜੇ ਰੇਟ ਹੈਗੇ ਮੌਕੇ ਤੇ ਜੋ ਮਾਨ ਹੋਊਗਾ ਜਿੰਨਾ ਕੁ ਮਾਨ ਹੋਊਗਾ ਮੈਂ ਕਰਵਾ ਦੂੰਗਾ ਓਕੇ ਜੀ ਬਲਕਿ ਜਿਹੜਾ ਬੰਦਾ ਮੈਂ ਕਵਾਊਗਾ ਤੇ ਆਪਾਂ ਆਪਣੇ ਵੱਲੋਂ ਬੈਸਟ ਕਰਾਂਗੇ ਕਿ ਮੈਂ ਕਾਰ ਦੇ ਕੇ ਭੇਜਾਂ ਠੀਕ ਹੈ ਅਗਰ ਮੈਨੂੰ ਕੁਝ ਬਚਦਾ ਹੋਊਗਾ ਮੈਂ ਕਾਰ ਨੂੰ ਆਪਣੇ ਕਾਰ ਵਿਆਹ ਤੋਂ ਬਾਹਰ ਨਹੀਂ ਜਾਣ ਦਊਂਗਾ ਠੀਕ ਹੈ ਜੀ ਅਗਰ ਨਹੀਂ ਬਚੂਗਾ ਫਿਰ ਤਾਂ ਚਲੋ ਮਜਬੂਰੀ ਹੈ ਨੈਚੁਰਲੀ ਗੱਲ ਹੈ ਅਗਰ ਮੈਨੂੰ ਕੁਝ ਬਚਦਾ ਹੋਊਗਾ ਮੈਂ ਕਾਰ ਵਿਆਹ ਤੋਂ ਆਪਣੇ ਬਾਹਰ ਨਹੀਂ ਗਾਹਕ ਨੂੰ ਜਾਣ ਦਿੰਦਾ ਠੀਕ ਹੈ ਜੀ ਹਾਂਜੀ ਹੋਰ ਦੱਸੋ ਲਓ ਜੀ ਬਾਕੀ ਇੱਕ ਗੱਲ ਬਾਈ ਜੀ ਟਰਸਟ ਵੀ ਹੈ ਠੀਕ ਹੈ ਜੀ ਵਧੀਆ ਕਾਰ ਹੋਊਗੀ ਤਾਂ ਦੋ ਪੈਸੇ ਮਹਿੰਗੇ ਵੀ ਠੀਕ ਹੈ ਜੀ ਦੁੱਖ ਦੇ ਨਹੀਂ ਲਾਏ ਹੋਏ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਕਿਹਾ ਆਪਾਂ ਗਰੰਟੀ ਨਾਲ ਕਾਰ ਦਵਾਂਗੇ ਜਿਹੜੀ ਦਵਾਂਗੇ ਹਾਂਜੀ ਤੇ ਅਗਲੀ ਕਾਰ ਦੀ ਕਰੇਟਾ ਵੀਰੇ ਇਹ ਵੀ ਮੋਸਟ ਡਿਮਾਂਡਿੰਗ ਦੋ ਖੜੀਆਂ ਨੇ ਨਵੀਂ ਸ਼ੇਪ ਵੀ ਪੁਰਾਣੀ ਸ਼ੇਪ ਵੀ ਕੀ ਰਿਟੇਲ ਹੈਗੀ ਇਹ ਹੈਗੀ ਹੈ 2018 ਪੈਟਰੋਲ ਹਾਂਜੀ ਠੀਕ ਹੈ ਜੀ ਇਹ ਹੈਗੀ ਹੈ 2022 ਡੀਜ਼ਲ ਓਕੇ ਇਹਦੇ ਹੁਣ 18 ਦੀ ਗੱਲਬਾਤ ਕਰੀਏ ਜੀ ਇਹ 2018 ਇਹ ਵੀ ਬੰਪਰ ਟੂ ਬੰਪਰ ਓਰੀਜਨਲ ਹੈ ਠੀਕ ਹੈ ਮੇਰੇ ਕੋਲ ਕਾਰਾਂ ਤੁਹਾਨੂੰ ਤਕਰੀਬਨ ਬੰਪਰ ਟੂ ਬੰਪਰ ਓਰੀਜਨਲ ਮਿਲਣਗੇ ਉੱਚੇ ਮਾਡਲ ਦੀਆਂ ਠੀਕ ਹੈ ਬਾਈ ਜੀ ਜਿਹੜੀ ਪੇਂਟ ਹੋਊਗੀ ਤੁਹਾਨੂੰ ਮੈਂ ਪਹਿਲਾਂ ਦੱਸ ਦੂੰਗਾ ਤੇ ਇਹ 2018 ਮਾਡਲ ਹੈ ਬੰਪਰ ਟੂ ਬੰਪਰ ਓਰੀਜਨਲ ਹੈ ਪੈਟਰੋਲ ਵੇਰੀਐਂਟ ਹੈ ਠੀਕ ਹੈ ਤੇ ਇਹ ਹੈਗੀ ਹੈ 9.5 ਲੱਖ ਰੁਪਏ ਰੇਂਜ ਕਾਰ ਹੈ 9.5 ਲੱਖ ਰੁਪਏ ਹਾਂਜੀ ਓਰੀਜਨਲ ਨੰਬਰ ਹੈ ਓਰੀਜਨਲ ਓਵੇ ਇਸ ਤੋਂ ਇਲਾਵਾ ਇਹਨਾਂ ਨੇ ਸਿਕੰਦ ਵਾਲਿਆਂ ਤੋਂ ਡਬਲ ਸਨਰੂਫ ਲਵਾਈ ਹੋਈ ਹੈ ਲੱਖ ਰੁਪਏ ਦੇ ਕੇ ਅੱਛਾ ਦੋ ਸਨਰੂਫਾਂ ਲੱਗੀ ਹੋਈ ਹੈ ਉਹਦਾ ਆਮ ਤੌਰ ਤੇ ਕਰੇਟਾ ਚ ਇੱਕ ਸਨਰੂਫ ਆਉਂਦੀ ਹੈ ਤੇ ਹੁਣ ਨਵੀਂ ਆਈ ਹੈ ਪੈਰਾਨੋਮਿਕ ਸਨਰੂਫ ਜਿਹੜੀ ਆਈ ਹੈ ਇੱਥੇ ਡਬਲ ਸਨਰੂਫ ਲੱਗੀ ਹੋਈ ਹੈ ਸਿਕੰਦ ਵਾਲਿਆਂ ਤੋਂ ਲਓ ਜੀ ਲੱਖ ਰੁਪਏ ਅਲੱਗ ਤੋਂ ਇਹਦੇ ਉੱਪਰ ਮੋਡੀਫਿਕੇਸ਼ਨ ਦਾ ਆਪਾਂ ਗੱਲ ਕਰੀਏ ਲੱਗਿਆ ਹੋਇਆ ਹਾਂ ਲੱਖ ਰੁਪਏ ਉਹ ਲੱਗਾ ਹੈ ਤੇ ਉਤੋਂ ਲਾਏ 60,000 ਰੁਪਏ ਟਾਇਰ ਲਾਏ ਐਕਸਟਰਾ ਲੱਗੇ ਹੈ ਤੇ ਐਂਡਰੋਇਡ ਪਲੇਅਰ 10 ਇੰਚੀ ਉਹ ਲੱਗਿਆ ਹੈ ਹਾਂਜੀ ਠੀਕ ਹੈ ਜੀ ਬਹੁਤ ਵਧੀਆ ਮਤਲਬ ਵੀ ਗੱਲਬਾਤ ਕਰੀ ਲੱਖ ਤੋਂ 1.5 ਲੱਖ ਤੇ ਲਗਭਗ ਮੋਡੀਫਿਕੇਸ਼ਨ ਜਿਹੜੀ ਹੋਈ ਹੈ ਟਾਇਰਾਂ ਦੀ ਕੰਡੀਸ਼ਨ ਨਵੀਂ ਆਇਆ ਬਿਲਕੁਲ ਨਵੀਂ ਹੈ ਜੀ ਤੇ ਕਿੰਨਾ ਮਾਡਲ ਰੇਟ ਕਿੰਨਾ ਸੀਗਾ ਇਹ ਹੈਗੀ 9.5 ਲੱਖ ਰੁਪਏ 9.5 ਲੱਖ ਹਾਂਜੀ ਠੀਕ ਹੈ ਬਾਈ ਜੀ ਉਸ ਤੋਂ ਬਾਅਦ ਅਗਲੀ ਇਹ ਹੈਗੀ ਹੈ 2022 ਮਾਡਲ ਠੀਕ ਹੈ ਜੀ ਇਹਦੀ ਵੇਟਿੰਗ ਹੈ ਜੀ 1 ਸਾਲ ਦੀ 1 ਸਾਲ ਦੀ 1 ਸਾਲ ਦੀ ਵੇਟਿੰਗ ਹੈ ਜੀ 1 ਸਾਲ ਦੀ ਵੇਟਿੰਗ ਕਹਿੰਦੇ ਆ ਤੇ ਤੁਹਾਨੂੰ ਮੇਰੇ ਹਿਸਾਬ ਨਾਲ 9 ਮਹੀਨੇ ਜਾਂ 10 ਮਹੀਨੇ ਚ ਕਾਰ ਦੇ ਦਿੰਦੇ ਆ ਠੀਕ ਹੈ ਜੀ ਠੀਕ ਹੈ ਤੇ ਇਹ ਨਵੀਂ ਕਾਰ ਜਿਹੜੀ ਆਜੇਡ ਪੰਦੀ ਹੈ 13.5 ਲੱਖ ਰੁਪਏ ਪੰਦੀ ਹੈ ਓਕੇ ਜੀ ਇਹ 12,90,000 ਰੁਪਏ ਮੰਗਦੇ ਆ ਠੀਕ ਹੈ ਜੀ 12,90,000 ਮੰਗਦੇ ਬਾਕੀ ਮੌਕੇ ਤੇ ਜੋ ਵੀ ਹੋਊਗਾ ਬਿਠਾ ਕੇ 22 ਮਾਡਲ ਹੈ ਜੀ 2022 ਮਾਡਲ ਹੈ ਠੀਕ ਹੈ ਇਹ 5-6 ਮਹੀਨੇ ਪੁਰਾਣੀ ਕਾਰ ਹੈ ਵੇਰੀਐਂਟ ਕਿਹੜਾ ਹੈ ਇਹ ਹੈਗੀ ਹੈ E+ ਮਾਡਲ ਹੈ E+ ਠੀਕ ਹੈ ਇਹ ਤੇ ਅਲਾਏ ਨਹੀਂ ਆਉਂਦੇ ਅਲਾਏ ਨਹੀਂ ਆਉਂਦੇ ਇਹਦੇ ਚ ਠੀਕ ਹੈ ਬਾਈ ਜੀ ਦੇਖ ਰਹੋ ਕੰਡੀਸ਼ਨ ਪੂਰੀ ਵਧੀਆ ਸਾਫ ਸੁਥਰੀ ਕਾਰ ਹੈ ਇਹ ਵੀ ਰਿਜਨਲ ਇਹ ਵੀ ਬੰਪਰ ਟੂ ਬੰਪਰ ਓਰੀਜਨਲ ਠੀਕ ਹੈ ਲਓ ਜੀ ਗੱਲ ਨਾਲ ਨੋਟ ਕਰੀ ਜੇ ਬੰਪਰ ਟੂ ਬੰਪਰ ਓਰੀਜਨਲ ਠੀਕ ਹੈ ਜੀ ਹਾਂਜੀ ਤੇ ਅੰਦਰੋਂ ਤਰਸੇਵ ਨੂੰ ਕਹੂੰਗਾ ਦਿਖਾ ਦਿੰਨਾ ਇੱਕ ਵਾਰ ਅੰਦਰੋਂ ਤਾਂ ਫੀਲ ਗੁੱਡ ਹੈ ਇੰਨਾ ਕਹਿਣਾ ਵੀ ਬਸ ਨਵੀਂ ਠੀਕ ਹੈ ਜੀ ਬਾਹਰ ਜਾਣ ਇੱਕ ਹੋਰ ਗੱਲ ਦੱਸਾਂ ਉਹਦੇ ਵਿੱਚ ਆ ਬਟਨ ਚ ਸਟੀਅਰਿੰਗ ਚ ਕੰਟਰੋਲ ਨਹੀਂ ਆਂਦਾ ਉਹਨਾਂ ਨੇ ਐਕਸਟਰਾ ਲਵਾਏ ਹੋਏ ਆ ਓਕੇ ਇਹ ਐਕਸਟਰਾ ਲੱਗੇ ਹੋਏ ਸਾਰੇ ਠੀਕ ਹੈ ਜੀ ਹਾਂ ਲਓ ਜੀ ਦੋਸਤੋ ਨਵੀਆਂ ਕਾਰਾਂ ਲੱਭ ਰਹੇ ਠੀਕ ਹੈ ਜੀ ਇਹਦੇ ਵਿੱਚ ਤੁਹਾਡਾ ਲਗਭਗ 1-1.5 ਲੱਖ ਦਾ ਕਿਸੇ ਤੇ ਕਿੰਨੇ ਦਾ ਕਿਸੇ ਤੇ ਕਿੰਨੇ ਦਾ ਫਾਇਦਾ ਹੋ ਸਕਦਾ ਤੁਹਾਡਾ ਤੇ ਬਾਈ ਜੀ ਇੱਕ ਵਾਰ ਇਹਦਾ ਵੀ ਚੈੱਕ ਕਰਵਾ ਦਿਓ ਬੋਨਟ ਬਾਈਆਂ ਨੂੰ ਲਓ ਜੀ ਲਓ ਠੀਕ ਹੈ ਜੀ ਦੋਸਤੋ ਦੇਖੋ ਵੀ ਤੁਸੀਂ ਇਹ ਨਾ ਕਿਹੋ ਵੀ ਕਿਸੇ ਪਾਸੇ ਅਸੀਂ ਕਮੀ ਛੱਡਦੀ ਠੀਕ ਹੈ ਜੀ 140-150 ਤੱਕ ਠੀਕ ਹੈ ਓਰੀਜਨਲ ਪੇਂਟ ਹੁੰਦਾ ਜੀ ਉਸ ਤੋਂ ਬਾਅਦ ਆ ਗਈ ਮਰੂਤੀ ਦਾ ਬ੍ਰਾਂਡ ਹੈ ਇਗਨਿਸ ਹੈ ਜੀ ਹਾਂਜੀ ਇਹ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਦਿਖਾ ਰਹੇ ਹਾਂ ਜੀ ਕੀ ਰਿਟੇਲ ਹੈ ਜੀ ਇਹ ਸਰ ਤੁਸੀਂ ਮੈਂ ਅੰਦਰੋਂ ਦਿਖਾਉਣਾ ਚਾਹੂੰਗਾ ਤੁਸੀਂ ਇੱਕ ਵਾਰੀ ਅੰਦਰੋਂ ਦੇਖੋ ਇਹ 2020 ਮਾਡਲ ਹੈ ਅੱਛਾ 20 ਮਾਡਲ ਹੈ ਜੀ 7,000 ਚੱਲੀ ਸਿਰਫ ਕਾਰ 7,000 ਚੱਲੀ ਹੈ ਲਫਾਫੇ ਤੱਕ ਉਤਰੇ ਨਹੀਂ ਨਵੀਂ ਬ੍ਰਾਂਡ ਨਿਊ ਸ਼ੋਰੂਮ ਚ ਜਿੱਦਾਂ ਕਾਰ ਆਈ ਹੈ ਉਦਾਂ ਹੀ ਕਾਰ ਇੱਥੇ ਆ ਕੇ ਖੜ ਗਈ ਹੈ ਬਸ ਬੱਲੇ 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 7,000 ਤਾਂ ਚੱਲੀ ਕੁਛ ਵੀ ਨਹੀਂ 7,000 ਚੱਲੀ ਹੈ ਬੰਪਰ ਟੂ ਬੰਪਰ ਓਰੀਜਨਲ ਕਿਤੋਂ ਪੇਂਟ ਨਹੀਂ ਉਹ ਵੀ ਮਸ਼ੀਨ ਦੇ ਨਾਲ ਚੈੱਕ ਕਰਕੇ ਫੇਰ ਕਾਰ ਭੇਜਾਂਗੇ ਠੀਕ ਹੈ ਜੀ ਹਾਂਜੀ ਲਓ ਜੀ ਦੋਸਤੋ ਬੰਪਰ ਟੂ ਬੰਪਰ ਓਰੀਜਨਲ ਠੀਕ ਹੈ ਜੀ ਤੇ ਐਂ ਖੜੀ ਆ ਉਰੇ ਕਾਰ ਵਧੀਆ ਕਾਰ ਨਵੀਂ ਨਵੀਂ ਨਾਲ ਦੇ ਕਾਰ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਹੈ ਜਿਹੜੇ ਤੁਹਾਡੇ ਵੀਵਰਸ ਹੈਗੇ ਨੇ ਜਿਨ੍ਹਾਂ ਦੀ ਖੋਜ ਹੈਗੀ ਨਵੀਆਂ ਕਾਰਾਂ ਦੀ ਉਹ ਇੱਥੇ ਆ ਕੇ ਪੂਰੀ ਹੋਣੀ ਹੈ ਬਸ ਨਾਲ ਮਸ਼ੀਨ ਦੇ ਨਾਲ ਚੈੱਕ ਕਰਕੇ ਦਵਾਂਗੇ ਉਹਨਾਂ ਨੂੰ ਕਾਰਾਂ ਦੋਸਤੋ ਠੀਕ ਹੈ ਜੀ ਚੈੱਕ ਕਰਕੇ ਦਿੱਤੀ ਏਜੰਸੀ 'ਚ ਵੀ ਕਾਰ ਟਰਾਲੇ 'ਚੋਂ ਗਿਰ ਜਾਂਦੀ ਹੈ ਤੇ ਪੇਂਟ ਹੋ ਜਾਂਦੀ ਹੈ ਤੇ ਉਹ ਦੱਸਦੇ ਨਹੀਂ ਮੈਂ ਚੈੱਕ ਕਰਕੇ ਦਵਾਂਗਾ ਕਾਰ ਪੇਂਟ ਕੀ ਪੇਂਟ ਮੇਰੇ ਕੋਲ ਕਿਤੋਂ ਨਹੀਂ ਹੈਗੇ ਏਜੰਸੀ ਤੋਂ ਵੀ ਨਹੀਂ ਪੇਂਟ ਮਿਲ ਜੂ ਮੇਰੇ ਕੋਲ ਨਹੀਂ ਪੇਂਟ ਮਿਲੂ ਕਾਰ ਠੀਕ ਹੈ ਜੀ ਤੇ ਕੀ ਰਿਟੇਲ ਹੈ ਜੀ ਬਾਕੀ ਇਹ 2020 ਮਾਡਲ ਹੈ 7,000 ਚੱਲੀ ਹੈ 4,90,000 ਰੁਪਏ ਕਾਰ ਹੈ ਮੌਕੇ ਤੇ ਜੋ ਮਾਨ ਹੋਊਗਾ ਕਰਵਾ ਦੂੰਗਾ ਠੀਕ ਹੈ ਨਵੀਂ ਕਿੰਨੇ ਦੀ ਹੈ ਨਵੀਂ ਕਾਰ ਹੈਗੀ ਹੈ ਇਹ 6,30,000 ਰੁਪਏ ਦੀ ਠੀਕ ਹੈ ਜੀ ਹਾਂਜੀ ਲਓ ਜੀ ਦੇਖੋ ਮੌਕੇ ਤੇ ਮਾਨਦਾਨ ਹੋ ਜੂ ਠੀਕ ਹੈ ਜੀ ਨਵੀਂ ਕਾਰ ਲਫਾਫੇ ਜਿਹੜੇ ਵਾਲੀ ਕਾਰ ਜਿਹੜੇ ਬਾਈਆਂ ਨੂੰ ਚਾਹੀਦੀ ਹੈਗੀ ਉਸ ਤੋਂ ਬਾਅਦ ਅਗਲੀ ਆ ਗਈ ਇੱਕ ਹੋਰ ਲੁਧਿਆਣਾ ਨੰਬਰ ਦੀ ਆਲਟੋ ਕੇਟਨ ਲੋਕਾਂ ਦੀ ਡਿਮਾਂਡ ਹੁੰਦੀ ਛੋਟੀ ਕਾਰ ਚਾਹੀਦੀ ਨਵੀਂ ਕਾਰ ਚਾਹੀਦੀ ਹੈ ਮੈਂ ਇੱਕ ਗੱਲ ਹੋਰ ਦੱਸ ਦੇਣਾ ਚਾਹੁੰਦਾ ਇਹ ਮਾਡਲ 17 ਹੈ 18 ਰਜਿਸਟਰ ਹੈ ਇਹ ਵੀ ਬੰਪਰ ਟੂ ਬੰਪਰ ਓਰੀਜਨਲ ਹੈ ਉਹ ਬੱਸ ਕਰੋ ਤੁਸੀਂ ਮੈਂ ਕਿਹਾ ਬੰਪਰ ਟੂ ਬੰਪਰ ਓਰੀਜਨਲ ਹੈ ਲੋਕੀ ਕਹਿਣਗੇ ਕਾਰਾਂ ਲੱਭਦੇ ਕਿੱਥੋਂ ਸੀ ਲੋ ਜੀ ਦੋਸਤੋ 17 ਮਾਡਲ ਹੈ ਠੀਕ ਹੈ ਜੀ ਬੰਪਰ ਟੂ ਬੰਪਰ ਓਰੀਜਨਲ ਕਿਵੇਂ ਹੋ ਸਕਦੀ ਹੈ ਸਾਨੂੰ ਮੈਂ ਕਿਹਾ ਤੁਸੀਂ ਆ ਪ੍ਰੂਫ ਹੈ ਤੁਸੀਂ ਦੱਸੋ ਕਿੱਥੇ ਚੈੱਕ ਕਰਨੀ ਮਸ਼ੀਨ ਹੈਗੀ ਆਪਣੇ ਕੋਲ ਪਹਿਲਾਂ ਤਾਂ ਬੋਨਟ
जो भी तुम आओगे ठीक है जी तुम चेक करके चाहे कले कले पीस से ला लो तो आप एक गल होर भी कर दी क्लीयर मेरी ठीक है जी कि बंपर डिटेक्ट करूगी एक्चुअली ये ना प्लास्टिक है ये प्लास्टिक नहीं करती मैं तुम्हें एक होर गल कहना चाहना कि प्लास्टिक नहीं करती ये करती लोहे ठीक है जी लोहे का अदा मैं जिदा आप समझ लो इतने स्क्रैच पै गया हाँ जी स्क्रैच पै गया तो आप देता पेंटर काम करने वास्ते उन्होंने की करना है पहला पन्नी पट्टी हाँ जी फिर वह मार दे अपना प्राइमर जा हाँ जी फिर मार दे पेंट वो जी ता वो हैगी है ना जी ए कवर करती है वो वही जाती है डबल ट्रिपल ट्रपल हो जाती है हाँ जी तो जी है ओरिजिनल ओरिजिनल कुछ नहीं यूज़ करते ओरिजिनल सिर्फ एक डाई आते डाई पेंट मार देंगे हाँ जी वो बिल्कुल बराबर होंगे तो करके मशीन थोनू मजाक लगता जोड़ा बंदा मेरे को आऊगा कार लैन तो वह कहूगा वाकई कह के जाऊगा यार थोड़े चैनल का बड़ा धन्यवाद करूँगा शिवाजी लो जी दोस्तों ये चीज़ भी बड़ी वधिया है ठीक है जी मतलब भी एक बहुत वधिया मशीना का युग है तो मशीना ही सच्चाई दस दिन मशीना ही झूठ दस दिन की रिटेल है मेरे ये हैगी है 2017 दिसंबर की कार है 18 रजिस्टर है 34,000 चली है हाँ जी कितों पेंट नहीं है कि सारी ओरिजिनल है तो रेट है 340,000 रुपया 340,000 चली हैगी सिर्फ 34-35,000 ठीक है फिर लो जी 34-35,000 इंश्योरेंस वगैरह पे इंश्योरेंस फुल है जी ठीक है जी एक मीटर की भी मेरी गरंटी होगी जी कार की मैं तुम्हें कह रहा जिदा बंदा कहता या 7,000 चली है या 34,000 चली है मीटर तो नहीं बैक होगा वो चीज़ रिटर्न जिथे वो कहे वो मेरी वीडियो नाल कवर करन कि एवं मैं जेन्यून है अगर बाय चांस मीटर पिछे होगा मैं कार वापस ही लूँगा ठीक है क्योंकि अजकल युग जो कह रहे हो डिजिटल युग है 300-400 रुपया लगता है लख तो 15,000 कर लो लख तो भावें 20,000 कर लो जेड़ी चीज़ मैं मीटर की रिटर्न च गरंटी दूंगा वो रिटर्न च गरंटी दूंगा ठीक है जी हाँ जी लो जी दोस्तों बड़ा भरोसा ठीक है बाई होरी जे जे हिसाब न कहता तो कहते होगा नहीं नहीं तो अगली कार आ गई भी सियाज ये सियाज है 2018 मॉडल हाँ जी ये माड़ी मोटी 2-4 पीस विचों रीपेंट है मैं तुम्हें दस दिना मैं मशीन तुम चैक भी करा दूंगा ये पेंट है तो यह हैगी 2018 पेट्रोल ठीक है जी पेट्रोल का युग है अजकल आने वाला टाइम पेट्रोल कारा का ठीक है पेट्रोल कार है 60,000 के टायर लाए लगे योकोहामा के उत्ते ठीक है वो चेक कर सकते हो मॉडल कितना सी अपना 2018 पेट्रोल डेल्टा वेरियंट है ओके जी लो जी दोस्तों डेल्टा वेरियंट की कार है एक बार थोड़ा अंदरों दिखा दी अंदरों बहुत लग्जरी फील आता कार के सीट कवर की गलबात करिए सीट कवर पूरे घेंट ने कार के चली कि चली है 47,000 विद रिकॉर्ड मीटर की गरंटी 47,000 चली हुई है यह जी थान बंद ने बाली 3-4 पीस पेंट हो गए एक्चुअली की है कई बार की होंगे ये मेजर कितों पेंट नहीं है मैं फिर मैं दस दिना कई बार की होंगे जो आप कहीं जाने कोई साइकिल वाला स्क्रैच ला गया कोई स्कूटर वाला स्क्रैच ला गया वाल की है जिदा समूह इतने स्क्रैच पै गया की है थोड़ा आ पीस नहीं पूरा पेंट होना आ पैनल पूरा पेंट होना ठीक है वो नाल कार कभी एक्सीडेंट नहीं बनती मैं एक गल होर तुम दस देना चाहना कई बार कई होंगे अगला कहता यार पेंट है यार कार एक्सीडेंट ना हो कभी भी आ पैनल पूरा पेंट होंगे कभी भी इन्नी ची पेंट नहीं होंगी अगर ओरिजिनल पेंट तुम कराओ उन्होंने कभी फर्क नहीं पता जो कंपनी पेंट की 10 साल की वरंटी होंगी है आउटर च भी वधिया पेंट कराओगे वो भी 10 साल की वरंटी होंगी है एक जिम्मे हम थोड़े गल स्क्रैच की करिए आप भी वैसे वीडियो दस दें मान लो भाई जी जो इन्ना स्क्रैच पै गया ना वो इन्नी जगह कवर कर दी है हाँ है ना यीज होंगी हैगी क्योंकि माड़ा जहाँ होंगे इतने अगला कहता भाई जी जो पैसे तो देने है आला भी कवर कर उस करके पूरा हो जाता हूँ गा बिल्कुल तो बाकी हम जिमें भी थोड़ने कहा भाई जी ये पर हैगी टचिंग कितने क्या कि माड़ा देखा चेक करनी पैनी है आप चेक कर लें कितने हैगी है पहला तो आप छत देख लें छत च किन्ने पॉइंट आ रहे हैं हाँ जी 101 पॉइंट आ रहे छत ओरिजिनल देख छत ओरिजिनल है जी ठीक है जी हूँ आप फेंडर देख रहे हैं आखो जी 222 अगली कार i20 आ गई जी ये हैगी है 2013 स्पोर्ट्स वेरियंट है ठीक है जी 66,000 चली है 13 च तुहानू 66,000 जेन्युइन चली विद रिकॉर्ड मिलनी नहीं ठीक है सारी सर्विस विद रिकॉर्ड चली है 66,000 का मतलब 66,000 ही चली है ओके हाँ जी पेट्रोल है डीजल है डीजल है जी ठीक है डीजल है जी तो एक बार भाई जी अंदरों दिखा दी आपां ते अंदरों भाई ये पेंट शेंट कितनी की हैगी माड़ी मोटी ये पेंट शेंट सर माड़ी मोटी होगी ठीक है जी हाँ ये माड़ी मोटी होगी लगी वजी कितों नहीं होगी माड़ी मोटी रीपेंट होगी ठीक है भाई जी लो जी देख रहे हैं आप ठीक है स्पोर्ट्स वेरियंट है जी
ਇਹਦੇ ਮੁੱਲ ਦੀ ਗੱਲਬਾਤ ਕਰੀਏ ਵੀਰੇ ਕਿੰਨਾ ਮੁੱਲ ਹੈ ਇਹ 390000 ਰੁਪਏ ਰੇਂਜ ਹੈ 390000 ਹਾਂਜੀ ਲੋ ਜੀ 390000 ਠੀਕ ਹੈ ਜੀ ਰਿਕਾਰਡ 'ਚ ਚੱਲੀ ਹੋਈ ਹੈ ਕਾਰ ਅਤੇ ਜਿਹੜੇ ਮਿੱਤਰ ਕਹਿੰਦੇ ਨੇ ਬਾਈ ਜੀ ਵੀ ਹਾਂ ਵਧੀਆ ਏਜੰਸੀ ਰਿਕਾਰਡ ਨਾਲ ਚੱਲੀ ਹੋਵੇ ਕਾਰ ਅਤੇ ਤੁਸੀਂ ਐਸੇ ਕਾਰਾਂ ਲੈ ਸਕਦੇ ਮੇਰੇ ਕੋਲ ਤਕਰੀਬਨ ਸਾਰੀਆਂ ਹੀ ਕਾਰਾਂ ਵਿਦ ਰਿਕਾਰਡ ਹੈ ਠੀਕ ਹੈ ਜੀ ਮੇਰੇ ਕੋਲ ਜਿਹੜੀਆਂ ਤੁਹਾਨੂੰ ਸਾਰੀਆਂ ਕਾਰਾਂ ਮਿਲਣਗੀਆਂ ਇੱਕ ਗੱਲ ਇਹਦੀ ਨਹੀਂ ਗੱਲ ਉਹਦੀ ਨਹੀਂ ਸਾਰੀਆਂ ਹੀ ਕਾਰਾਂ ਮੇਰੇ ਕੋਲ ਸਾਰੀਆਂ ਵਿਦ ਰਿਕਾਰਡ ਮਿਲਣਗੀਆਂ ਠੀਕ ਹੈ ਅਗਰ ਕਿਸੇ ਕਾਰ ਦਾ ਮੀਟਰ ਬੈਕ ਹੋਊਗਾ ਮੈਂ ਕਸਟਮਰ ਨੂੰ ਆਪ ਹੀ ਕਹਿ ਦੂੰਗਾ ਭਾਅ ਜੀ ਇਹਦਾ ਥੋੜ੍ਹਾ ਮੀਟਰ ਬੈਕ ਹੈ ਠੀਕ ਹੈ ਜੀ ਕਈ ਵਾਰੀ ਕਸਟਮਰ ਕਰਾ ਲੈਂਦਾ ਬਾਕੀ ਜਿਵੇਂ ਆਪਾਂ ਲੁਧਿਆਣੇ ਸ਼ਹਿਰ 'ਚ ਖੜੇ ਹਾਂ ਮੋਸਟਲੀ ਤੁਹਾਡੇ ਲੁਧਿਆਣੇ ਸ਼ਹਿਰ ਵਾਲੀ ਕਾਰਾਂ ਨੇ ਹਨਾ ਵੀਰੇ ਹਾਂਜੀ ਹਾਂਜੀ ਵੀ ਉਰੇ ਲੋਕਾਂ ਦੇ ਬਿਨਾਂ ਟਾਈਮ ਵੀ ਹੈ ਨਹੀਂਗਾ ਵੀ ਕਦੇ ਬਾਹਰੋਂ ਜਾ ਕੇ ਸਰਵਿਸ ਕਰਵਾਈਏ ਸਿੱਧਾ ਏਜੰਸੀ 'ਚ ਭੇਜ ਦਿੰਦੇ ਨੇ ਆਪਾਂ ਡਰਾਈਵਰ ਲੈ ਜਾਂਦਾ ਕਰਾ ਕੇ ਲਿਆਉਂਦਾ ਨਹੀਂ ਕਈ ਵਾਰੀ ਅੱਧਾ ਵੀ ਹੁੰਦਾ ਪਰ ਕਈ ਵਾਰੀ ਹੁੰਦਾ ਜਿੱਦਾਂ ਹੁਣ ਮੇਰਾ ਘਰ ਹੈ ਹਾਂਜੀ ਮੇਰੇ ਬਾਹਰ ਵਰਕਸ਼ਾਪ ਵਾਲਾ ਹੈਗਾ ਮੈਂ ਉਹਨੂੰ ਭੇਜਤੀ ਕਾਰ ਕਿ ਐਵੇਂ ਸਰਵਿਸ ਕਰ ਦੇ ਅਗਲਾ ਕਈ ਵਾਰੀ ਏਜੰਸੀ ਨੂੰ ਟਾਈਮ ਬਹੁਤ ਲੱਗ ਜਾਂਦਾ ਅਗਲਾ ਕਹਿੰਦਾ ਯਾਰ ਮੈਂ ਜਾਣਾ ਮੇਰੇ ਕੋਲ ਟਾਈਮ ਹੈ ਨਹੀਂ ਤੂੰ ਇੱਕ ਘੰਟੇ ਦੇ ਕਾਰ ਫੜਾ ਦੇ ਕਰਕੇ ਤੇ ਤਾਂ ਕਰਕੇ ਲੋਕੀ ਬਾਹਰੋਂ ਵੀ ਕਰਾਉਂਦੇ ਜ਼ਿਆਦਾਤਰ ਜਿਹੜੀਆਂ ਕੰਪਨੀ ਜਿਹੜੀ ਕੰਪਨੀ ਸਰਵਿਸਾਂ ਹੋਈ ਹੋਈਆਂ ਸਾਰੀਆਂ ਠੀਕ ਹੈ ਜ਼ਿਆਦਾਤਰ ਓਕੇ ਜੀ ਲੋ ਜੀ ਦੋਸਤੋ ਠੀਕ ਹੈ ਜੀ ਇਹ ਸੀ ਅੱਜ ਦੀਆਂ ਕਾਰਾਂ ਤੁਹਾਨੂੰ ਦਿਖਾਵਾਂ ਬਾਕੀ ਨੈਕਸਟ ਬਲੌਗ ਦੇ ਵਿੱਚ ਹੋਰ ਵੀ ਕਾਰਾਂ ਰਹਿਣਗੀਆਂ ਅਤੇ ਬਾਕੀ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਬਾਈ ਹੋਰਾਂ ਦੇ ਇੱਕ ਵਾਰ ਐਡਰੈਸ ਫਿਰ ਜਾਣ ਲੈ ਲਾਂਗੇ ਅਤੇ ਜਗ੍ਹਾ ਬਾਰੇ ਬਾਈ ਜੀ ਇੱਕ ਵਾਰ ਦੱਸ ਦੋਗੇ ਐਡਰੈਸ ਵਗੈਰਾ ਸਰ ਇਹ ਤੁਹਾਨੂੰ ਲੁਧਿਆਣਾ ਨੇੜੇ ਤੁਹਾਨੂੰ ਦੱਸ ਦੇਣਾ ਡੀ ਐਮ ਸੀ ਹੋਸਪਿਟਲ ਤੋਂ 2 ਜਾਂ 3 ਮਿੰਟ ਦਾ ਰਸਤਾ ਹੈਬੋਲ ਆਉਣਾ ਸੀ ਚੰਦਨਨਗਰ ਰੋਡ 'ਤੇ ਗੁਰੂ ਕਿਰਪਾ ਕਾਰਵੇਅਰ ਕਿਸੇ ਨੂੰ ਵੀ ਤੁਸੀਂ ਪਤਾ ਕਰ ਲਿਓ ਜਾਂ ਤੁਸੀਂ ਮੇਰਾ ਨੰਬਰ ਇਹ ਦੇਣਗੇ ਉੱਤੇ ਮੈਂ ਲੋਕੇਸ਼ਨ ਪਾ ਦੂੰਗਾ ਤੁਹਾਨੂੰ ਇੱਕ ਹੋਰ ਮੇਰਾ ਫੇਸਬੁੱਕ 'ਤੇ ਪੇਜ ਹੈਗਾ ਗੁਰੂ ਕਿਰਪਾ ਕਾਰਵੇਅਰ ਦੇ ਨਾਮ ਦਾ ਉਹ ਤੁਹਾਨੂੰ ਇਹ ਲਿੰਕ ਸ਼ੇਅਰ ਕਰ ਦੇਣਗੇ ਉਹ 'ਚ ਮੈਂ ਹਰ ਰੋਜ਼ ਜਾਂ 2 ਦਿਨ 4 ਦਿਨ ਬਾਅਦ ਮੈਂ ਅਪਡੇਟ ਕਰ ਦਿੰਦਾ ਤੁਸੀਂ ਉਹ 'ਚ ਚੈੱਕ ਕਰਨੀ ਭਾਵੇਂ ਉਹ 'ਚ ਚੈੱਕ ਕਰ ਲਿਆ ਕਰੋ ਕਾਰਾਂ ਠੀਕ ਹੈ ਉਹ 'ਚ ਕੰਪਲੀਟ ਡਿਟੇਲ ਕੰਪਲੀਟ ਫੋਟੋਆਂ ਸਭ ਕੁਝ ਲਿਖਿਆ ਹੁੰਦਾ ਉਹ 'ਚ ਓਕੇ ਹਾਂਜੀ ਲੋ ਜੀ ਬਾਈ ਜੀ ਇੱਕ ਵਾਰ ਤੁਸੀਂ ਬਾਈ ਹੋਰਾਂ ਨਾਲ ਵਿਜ਼ਿਟ ਜ਼ਰੂਰ ਕਰ ਸਕਦੇ ਹੋ ਬਹੁਤ ਘੈਂਟ ਘੈਂਟ ਕਾਰਾਂ ਨੇ ਅਤੇ ਵਧੀਆ ਕਾਰਾਂ ਪੰਜਾਬ ਨੰਬਰ ਦੇ ਓਰਿਜਨਲ ਕਾਰਾਂ ਜਿਹੜੇ ਲੱਭ ਰਹੇ ਹੋ ਤੁਸੀਂ ਤੁਹਾਡੇ ਲਈ ਉਹ ਕਾਰਾਂ ਆਉਣਗੀਆਂ ਵਧੀਆ ਕਾਰਾਂ ਆਉਣਗੀਆਂ ਘਰੇ ਅਤੇ ਮਿਲਾਂਗੇ ਆਪਾਂ ਨੈਕਸਟ ਵੀਡੀਓ 'ਚ ਹੋਰ ਬਹੁਤ ਕਾਰਾਂ ਇੱਧਰ ਦੇਖ ਰਹੇ ਆਪਾਂ ਤੁਹਾਨੂੰ ਸਾਰੀਆਂ ਦਿਖਾਵਾਂਗੇ ਸਤਿ ਸ਼੍ਰੀ ਅਕਾਲ